ਅਮਰੀਕਾ ਦੇ ਦਬਾਅ ਹੇਠ ਪਾਕਿਸਤਾਨ ਈਰਾਨ ਨਾਲ ਗੈਸ ਪਾਈਪਲਾਈਨ ਪ੍ਰੋਜੈਕਟ ਦੇ ਅਸਥਾਈ ਰੂਪ ਤੇ ਰੋਕਿਆ। ਪਾਕਿਸਤਾਨ ਨੇ ਗਵਾਂਢੀ ਦੇਸ਼ ਈਰਾਨ ਨਾਲ ਕੀਤੇ ਅਰਬਾਂ ਰੁਪਏ ਦੇ ਗੈਸ ਪਾਈਪਲਾਈਨ ਪ੍ਰੋਜੈਕਟ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਸੋਮਵਾਰ ਨੂੰ ਮੀਡੀਆ 'ਚ ਆਈ ਇੱਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਅਜਿਹਾ ਲੱਗਦਾ ਹੈ ਕਿ ਇਹ ਕਦਮ ਅਮਰੀਕਾ ਦੇ ਦਬਾਅ ਹੇਠ ਚੁੱਕਿਆ ਗਿਆ ਹੈ, ਜਿਸ ਨੇ ਈਰਾਨ ਅਤੇ ਉਸ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਹਨ। ਇਹ ਕਦਮ ਅਜਿਹਾ ਸਮੇਂ ਚੁੱਕਿਆ ਗਿਆ ਜਦੋਂ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮਦਦ ਦੇ ਨਾਲ ਨਕਦੀ ਸੈਕਿੰਡ ਨਾਲ ਜੂਝ ਰਹੀ ਸੀ, ਆਪਣੀ ਆਰਥਿਕਤਾ ਦੇ ਬਹਾਲ ਕਰਨ ਲਈ ਸੰਘਰਸ਼ ਕਰ ਰਹੀ ਸੀ। ਲੋ ਵਧਦੇ ਹਾਂ ਅਗਲੀ ਖਬਰ 'ਤੇ। ਕਿਮ ਜੋਂਗ ਨੇ ਹਥਿਆਰ ਫੈਕਟਰੀਆਂ ਦਾ ਕੀਤਾ ਦੌਰਾ, ਯੁੱਧ ਦੀਆਂ ਤਿਆਰੀਆਂ ਤੇਜ਼ ਕਰਨ ਲਈ ਲਿਆ ਸੰਕਲਪ। ਉੱਤਰੀ ਕੋਰੀਆ ਨੇਤਾ ਕਿਮ ਜੋਂਗ ਨੇ ਉਨ ਤੋਪਖਾਨਾ ਅਤੇ ਪ੍ਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲਾਂ ਦੇ ਲਈ ਲਾਂਚ ਵਾਹਨ ਬਣਾਉਣ ਵਾਲੀਆਂ ਫੈਕਟਰੀਆਂ ਸਮੇਤ ਦੇਸ਼ ਦੇ ਮਹੱਤਵਪੂਰਨ ਹਥਿਆਰ ਉਤਪਾਦਨ ਕੇਂਦਰਾਂ 'ਤੇ ਦੌਰਾ ਕੀਤਾ ਅਤੇ ਆਪਣੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਕੋਸ਼ਿਸ਼ ਕੀਤੀ ਅਤੇ ਯੁੱਧ ਨਾਲ ਜੁੜੀਆਂ ਤਿਆਰੀਆਂ ਨੂੰ ਤੇਜ਼ ਕਰਨ ਦਾ ਸੰਕਲਪ ਲਿਆ। ਕਿਮ ਦੇ 3 ਦਿਨਾਂ ਯਾਤਰਾ ਅਜਿਹਾ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਦੱਖਣੀ ਕੋਰੀਆ ਉੱਤੇ ਉੱਤਰੀ ਕੋਰੀਆ ਦੇ ਵੱਧਦੇ ਖੇਤਰਾਂ ਦੇ ਮੁਕਾਬਲਾ ਕਰਨ ਲਈ ਇਸ ਮਹੀਨੇ ਸੰਯੁਕਤ ਫੌਜੀ ਅਭਿਆਸਾਂ ਦੇ ਅਗਲੇ ਪੜਾਅ ਦੀ ਸ਼ੁਰੂਆਤ ਲਈ ਤਿਆਰ ਹਨ। ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਅਤੇ ਅਮਰੀਕਾ ਦੱਖਣੀ ਕੋਰੀਆ ਦੇ ਸਾਂਝੇ ਫੌਜੀ ਅਭਿਆਸਾਂ ਕਾਰਨ ਕੋਰੀਆਈ ਪ੍ਰਾਇਦੀਪ ਦੇ ਤਣਾਅ ਉੱਚ ਪੱਧਰ 'ਤੇ ਹੈ। ਲੋ ਵਧਦੇ ਹਾਂ ਅਗਲੀ ਖਬਰ 'ਤੇ। ਚੀਨ ਭਾਰੀ ਮੀਂਹ ਕਾਰਨ ਘੱਟੋ ਘੱਟ 6 ਲੋਕਾਂ ਦੀ ਮੌਤ, 6 ਅਤੇ 4 ਲਾਪਤਾ। ਚੀਨ ਦੇ ਉੱਤਰ ਪੂਰਬੀ ਜ਼ਿਲ੍ਹਿਆਂ ਸੂਬੇ ਵਿੱਚ ਭਾਰੀ ਮੀਂਹ ਕਾਰਨ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸ਼ਹਿਰ ਦੇ ਨਾਲ 9 ਜਲ ਭੰਡਾਰਾਂ ਦੇ ਵਿੱਚ ਤੇਜ਼ੀ ਨਾਲ ਪਾਣੀ ਭਰ ਰਿਹਾ ਹੈ ਅਤੇ ਉਹਨਾਂ ਤੋਂ ਪਾਣੀ ਦੇ ਸਹੀ ਮਾਤਰਾ ਕੱਢੀ ਜਾ ਰਹੀ ਹੈ। ਚੀਨ ਵਿੱਚ ਹਾਲ ਹੀ ਦੇ 2 ਦਿਨਾਂ ਵਿੱਚ ਰਿਕਾਰਡ ਮੀਂਹ ਦਰਜ ਕੀਤਾ ਗਿਆ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਮੀਂਹ ਦਾ ਮੌਜੂਦਾ ਦੌਰ ਹੁਣ ਖਤਮ ਹੋ ਗਿਆ ਹੈ। ਏਜੰਸੀ ਨੇ ਕਿਹਾ ਕਿ ਬਚਾਅ ਟੀਮਾਂ ਨੇ ਮੀਂਹ ਅਤੇ ਹੜ੍ਹਾਂ ਦੇ ਪ੍ਰਭਾਵਿਤ 85 ਬਿਜਲੀ ਅਤੇ 26 ਦੂਰਸੰਚਾਰ ਖੇਤਰਾਂ ਨੂੰ ਮੁੜ ਚਾਲੂ ਕਰ ਦਿੱਤਾ ਹੈ।